लो दोस्तों, ए उस्ताद शाकर भट्टी साहब अपने एक जीरी माती का शो करवा लगे ने जी। देखो दोस्तों, जीरा नहीं जो नसीर अहमद का चार नंबर जो कह जी जी, ए पट्ठी जी माशाल्लाह दोतरी ओदी धी दी है। अच्छा, ए जरा अगे वो जो तुम कबूतर बड़ा पसंद नहीं सी है जी जी, एदी धी है। अच्छा, यदा प्यो होर है, यदा प्यो होर है, प्यो होर। अच्छा, जनाब नसीर अहमद आले कबूतर की पट्ठी दी धी दोतरी है जी जी माशाल्लाह। तो बड़ी उस्ताद जी परेल है, मैं पहला हाथ च पकड़ी है, बड़ा मज़ा दिता है इसने, उस दे बारे तुहाडा की नज़रिया, परेल कबूतर होना चाहिए ज़्यादा? जी जी माशाल्लाह, वो गर्मी के अंदर जेठ के अंदर जो खुद को मतलब गर्मी नहीं एडी हीट नहीं मनाता, हड्डी नंगी होएगी वो मतलब उत्ता ही बेचारे का कम हो जाएगा, थले आने लगे तंगी होगी उसनू, बैठद मतलब कंड कर जाते होंगे, सैड कर जाते हैं परिंदे। तो परेल होना जोड़ा ना वो लाजमन होना चाहिए परिंदे का। देखो दोस्तों, माशाल्लाह इस व्यू है जी, ए माधी देख मैंने इंज लगे पहला कि मतलब नारे माशाल्लाह, मतलब मूँह मोरा दा माशाल्लाह बड़ा वधिया है ना नारा आ रहे। यह देखो दोस्तों, इसके पंजे तो पार आए ने पमोज पंजे तो में। देखो ना जिमें पहला वो देखा सी एदा प्यो माधी सी उरे कनाल सी ओदा वे ए पठा इसदा एदा बच्चा, एदे बच्चे दो ते डेरे ते भी ने इंशाल्लाह जेठ च तुहानू अच्छा रिजल्ट मिलेगा वेखण वास्ते इंशाल्लाह जी। इंशाल्लाह क्यों नहीं दोस्तों। एदा देखो जी, ए जीरी दा पठा जे, ए मेरा दोस्त एक कैसर चंगाली तो जी जी, ਉਹਦੇ ਕੋਲ ਮੈਂ ਜੀਰਾ ਕਬੂਤਰ ਲਿਆਂਦਾ ਸੀ, ਉਹਦੇ ਨਾਲ ਬੱਚੇ ਕਢਾਏ ਹਨ ਮਾਸ਼ਾਅੱਲਾ। ਬੜੀ ਚਮਕ ਇਸ ਦੀ ਅੱਖ ਦੀ, ਨਵੀਂ ਹੈ, ਬਾਕੀ ਮੂੰਹ ਮੋਰਾ ਬੜਾ ਪਿਆਰਾ ਹੈ, ਇਹ ਬੱਚਾ ਮਾਸ਼ਾਅੱਲਾ ਕਢਾਇਆ ਨਾ ਜੋੜੇ ਦਾ। ਇਹ ਜੀ ਇਸ ਦਾ ਪੱਲਾ, ਅਤੇ ਉਹ ਵਾਜ਼ਿਆ ਚੀਜ਼ਾਂ ਦੇਖੋ ਨਜ਼ਰ ਆਉਂਦੀਆਂ ਨੇ ਪਈਆਂ, ਪਰ ਦੇ ਉੱਪਰ ਪਰ ਚੜਿਆ, ਇਹ ਚੀਜ਼ ਦੇਖੋ ਪਰੀ, ਦੇਖੋ ਇਸ ਦੀ ਜਿਹੜੇ ਬਗਲ ਦੇ ਪਰ ਨੇ ਜਿਹੜੀ ਨਾ ਉਹ ਦੇਖੋ ਕਿੰਨੇ ਹੈਗਾ, ਥੋੜ੍ਹੇ ਜਿਹੇ ਨਾ ਇੰਜ ਨੂੰ ਜ਼ਰਾ ਖੋਲਿਆ ਜੇ। ਇਹ ਦੇਖੋ ਦੋਸਤੋ, ਇਹ ਮੈਨੂੰ ਬੜਾ ਪਸੰਦ ਚੀਜ਼ ਜਿਹੜੀ ਨਾ, ਇਹ ਜਾਲੀ ਜਿਹੜੀ ਹੈ ਨਾ, ਇਹ ਦੇਖੋ ਇਹ ਮੈਨੂੰ ਬੜੀ ਪਸੰਦ ਹੈ। ਹਾਂ ਬਿਲਕੁਲ, ਬਗਲ ਚੜ੍ਹੀ ਹੈ ਉੱਤੇ, ਬਗਲ ਦੇ ਪਰਾਂ ਦੇ ਉੱਪਰ ਚੜ੍ਹੀ ਹੈ ਸਾਰੀਆਂ ਪਰੀਆਂ ਚੜ੍ਹੀਆਂ, ਅਤੇ ਉਹ ਹੀ ਮੈਂ ਗੱਲ ਕਰਦਾ ਹਾਂ ਜੇ ਪਰੇਲ ਵਾਲੀ ਉਸਤਾਦ ਜੀ ਪਿਆ, ਦੇਖੋ ਨਾ ਇਸ ਦੀ ਵੀ ਚੜ੍ਹੀ ਹੈ, ਅਤੇ ਇਹ ਟਿਸ਼ੂ ਨੂੰ ਇੰਝ ਨਾਲ ਨਾ ਬਿਲਕੁਲ ਮਤਲਬ ਜੁੜੇ ਨੇ, ਕੋਈ ਉਲਟ ਪੁਲਟ ਨਹੀਂ ਹੈ, ਹਵਾ ਦੀ ਖਾਰਜ ਨਹੀਂ ਹੁੰਦੀ, ਹਵਾ ਨਹੀਂ ਖਾਰਜ ਹੁੰਦੀ, ਇਹ ਉੱਪਰ ਅਸਮਾਨ ਦੇ ਅੰਦਰ ਰੋਕ ਕੇ ਰੱਖਦੀ ਹੈ ਪਰਿੰਦੇ ਨੂੰ। ਦੋਸਤੋ ਵਾਈਬ੍ਰੇਟ ਕਰਦਾ ਪਿਆ ਪਰਿੰਦਾ, ਬਹੁਤ ਤੰਗੀ ਮਨਾਉਂਦਾ ਪਿਆ ਹੱਥ ਦੇ ਅੰਦਰ ਆ ਕੇ ਮਾਸ਼ਾਅੱਲਾ। ਬਾਕੀ ਤਾਂ ਪੰਜੇ ਦਾ ਸ਼ੌਕ ਕਰਾਇਆ ਜੀ ਜ਼ਰਾ, ਇਸ ਦੇ ਜੀ ਪੰਜੇ ਨੇ ਬੱਚਾ ਹੈ ਜੀ, ਅਤੇ ਆ ਬੱਚੇ ਹੁੰਦੇ ਆ ਤਾਂ ਇਹ ਕੜੀਆਂ ਸਵਾਦ ਜੀ ਪਾ ਦਿੰਦੇ ਉਹਨਾਂ ਨੂੰ, ਹਾਂਜੀ ਨਿਸ਼ਾਨੀ ਦਿੰਦੀ ਹੈ ਨਾ ਜੋੜੇ ਦੀ। ਸਹੀ ਹੋ ਗਿਆ, ਸਹੀ ਹੋ ਗਿਆ ਮਾਸ਼ਾਅੱਲਾ ਜੀ, ਇਹ ਇਹਨਾਂ ਦਾ ਜੀ ਮੁਕੰਮਲ ਪੇਅਰ ਹੈ ਮਾਸ਼ਾਅੱਲਾ, जो माधी अंदर है मैं पहला पकड़ सार तुहानू दस्सियां, ओही अगो नारे च पठे च आईयां ने माशाल्लाह, बड़े लेंथी पार ने जरा गोल होया माशाल्लाह, बड़ी खूबसूरती बनी है इस परिंदे दी। देख लिया सब भाइयों दिखाया माशाल्लाह, उस्ताद शाकर भट्टी साहब दे उस्ताद मोइनवा साहब स्टैंपां ला ला के उड़ा रहे ने, रातां नूं बैठ देने पै वह पेयर ने इन्हें, ठीक है। तो दूसरे पेयर का तुम्हें शौक करवाने दोस्तों, लो दोस्तों सैकंड नंबर से पेयर एक का शौक करा लगने उस्ताद शाकर भट्टी साहब। पहले जी इस कबूतर का व्यू देखो माशाल्लाह, कद्दावर कबूतर जिन्हों बोलते हैं माशाल्लाह उस्ताद जी, दो भ्रा ने वाले, सिखनी का पट्ठा है, ਇਹ ਵੀ ਸਿੱਖਣੀ ਦਾ ਪੱਠਾ, ਸਿੱਖਣੀ ਤਾਂ ਤੁਸੀਂ ਮਾਸ਼ਾਅੱਲਾ ਬੜੇ ਹੀ ਅੱਗੋਂ ਫਿਰ ਬਣਾ ਲੈ ਨੇ, ਮੇਰਾ ਸ਼ਗਿਰਦ ਜਾਨਦੇਵ, ਅੱਛਾ ਉਹਨੂੰ ਦਿੱਤੇ ਤੇ ਸਨ, ਉਹ ਤਾਂ ਫਿਰ ਵਾਪਸ ਇੱਕ ਲਿਆਂਦਾ ਮੈਂ, ਇੱਕ ਮੈਨੂੰ ਦੇ, ਜ਼ਰਾ ਦੋ ਭਰਾ ਨੇ ਮਾਸ਼ਾਅੱਲਾ, ਸਹੀ ਹੋ ਗਿਆ ਮਾਸ਼ਾਅੱਲਾ, ਬੜੀ ਗੱਲ ਹੈ, ਇਸ ਦਾ ਤੇਰਾ ਸ਼ੁਕਰ ਹੋਇਆ ਜੀ ਉਸਤਾਦ ਜੀ, ਸਾਨੂੰ ਬੁਰਾ ਬੜਾ ਬੜਾ ਪਸੰਦ ਹੈ, ਇਹ ਜਿਹੜਾ ਕਬੂਤਰ ਕੰਮ ਕਰਦੇ ਨੇ ਨਾ ਮੈਨੂੰ ਬੜੇ ਪਸੰਦ ਨੇ ਕਬੂਤਰ ਮਾਸ਼ਾਅੱਲਾ, ਅੱਛਾ ਅੱਛੇ ਕਬੂਤਰ ਦੀ ਨਿਸ਼ਾਨੀ ਹੈ ਜਿਹੜਾ ਬੁਰਾ ਬਣਾਵੇ ਹੱਥ ਦੇ ਅੰਦਰ ਆ ਜੀ, ਮੂੰਹ ਨਹੀਂ ਫੜਾਏ ਜਿਹੜਾ ਇਹੋ ਕਹਿੰਦੇ ਗੁੱਸਾ ਚੜਿਆ ਦਾ। ਇਹ ਦੋਸਤ ਇਸਦੀ ਆਈ ਤਾਂ ਜੀ
ਇਹਨਾਂ ਦੇ ਨਾਲ ਮੈਂ ਨਾ ਆਪਣਾ ਲਾਲ ਪਰੀ ਲਾ ਕੇ ਨਾ ਸਿੱਖਣੀ ਦੇ ਨਾਲ ਕਢਾਏ ਨੇ। ਅੱਛਾ ਜੀ ਮਾਸ਼ਾਅੱਲਾ। ਇਸ ਦੇ ਦੋਸਤੋ ਪੰਜੇ ਜੀ ਚੋਰ ਸਾਹਿਬ ਹੋਰਾਂ ਨੇ ਬੜਾ ਪਸੰਦ ਕੀਤਾ ਸੀ ਨਰ ਬਰੀਕ ਮੇਰੇ ਪਿੱਛੋਂ ਉਂਗਲਾਂ ਨਜ਼ਰ ਆਉਣ ਡਈਆਂ। ਅੱਛਾ ਇੱਕ ਹੋਰ ਚੀਜ਼ ਤਾਂ ਅੱਜ ਦੇਖੋ ਪੇਪਰ ਬਰੀਕ ਹੈ ਤੇ ਨਾਲ ਚੁੜਾਈ ਵੀ ਹੈ ਪਰ ਦੇ ਅੰਦਰ ਮਾਸ਼ਾਅੱਲਾ। ਠੀਕ ਹੈ ਅਕਸਰ ਹੁੰਦਾ ਨਾ ਪੇਪਰ ਮੋਟਾ ਹੋ ਜਾਂਦਾ ਚੁੜਾ ਜਿੰਨਾ ਚੁੜਾ ਪਾਰ ਹੁੰਦਾ ਪੇਪਰ ਵੀ ਉਹਨਾਂ ਮੋਟਾ ਹੁੰਦਾ ਜਾਂਦਾ। ਗੁੱਸਾ ਬੜਾ ਕਰਦਾ ਜਸ਼ ਬਾਨ ਛੱਡਦਾ ਇਹਨੂੰ ਛੱਡ ਦਿਓ ਤੁਸੀਂ ਜ਼ਰਾ ਕਿਉਂਕਿ ਇਹ ਬੜਾ ਤੰਗ ਹੋ ਰਿਹਾ ਅਤੇ ਇਸ ਦੇ ਮਾਦੀ ਦਾ ਜ਼ਰਾ ਸ਼ੋਅ ਕਰਵਾਉਂਦੇ ਨੇ ਤੁਸੀਂ ਦਿਖਾ ਦਿਓ ਉਸਤਾਦ ਜੀ ਮਾਦੀ ਜ਼ਰਾ। ਇਹ ਦੋਸਤੋ ਇਸ ਦੀ ਮਾਦੀ ਮਾਦੀ ਜਨਾਬ ਦੇਖੋ ਇਹ ਵੀ ਮੈਂ ਨਾ ਸਾਡੀ ਕਬੂਤਰੇ ਨੇ ਮਾਸ਼ਾਅੱਲਾ ਕੈਸਰ ਮਹਿਲ ਕੋਲ ਜੀ ਸ਼ਰਮੀਲੇ ਇਹ ਉਹਨਾਂ ਦੀ ਬੱਚਾ ਲਿਆਂਦਾ ਮੈਂ ਉਹਦੇ ਕੋਲ ਕੈਸਰ ਮਹਿਲ ਕੋਲੋਂ। ਅੱਛਾ ਜੀ ਮਾਸ਼ਾਅੱਲਾ ਇਹਦੀ ਵੀ ਮੈਂ ਬੜੀ ਨਸਲ ਲਈ ਜੀ। ਅੱਛਾ ਜੀ ਦੇਖੋ ਪਾਰ ਇਹ ਦੋਸਤੋ ਮਾਸ਼ਾਅੱਲਾ ਇਸ ਦਾ ਪੱਲਾ ਵੀ ਦੇਖ ਲਓ ਜੀ ਅਤੇ ਨਰ ਦਾ ਵੀ ਪਰ ਇਹ ਚੀਜ਼ ਦੇਖੋ ਇਹਦੀ ਇਹ ਪਹਿਲਾ ਪਰ ਬਗਲ ਦਾ ਚੀਰਿਆ ਇਹ ਚੀਜ਼ ਦੇਖੋ ਜਿੱਥੇ ਮੈਂ ਅੰਗੂਠਾ ਰੱਖਿਆ ਜੀ ਬਹੁਤ ਵੱਡਾ ਜੋੜਾ ਲੱਗਾ ਤੁਹਾਡਾ ਮਾਸ਼ਾਅੱਲਾ। ਬਿਲਕੁਲ ਪੱਲੇ ਦੀ ਲੈਂਥ ਤੁਸੀਂ ਦੇਖੋ ਮਾਸ਼ਾਅੱਲਾ। ਠੀਕ ਹੈ ਇਹ ਬੋਲਦੇ ਨੇ ਪਿਆ ਉਸਤਾਦ ਸ਼ਾਕਰ ਭੱਟੀ ਸਾਹਿਬ ਕਿ ਉਸਤਾਦ ਮੋਇਨਵਾ ਸਾਹਿਬ ਹੈ ਬੜਾ ਹੀ ਪੇਅਰ ਪਸੰਦ ਕੀਤਾ ਬੋਲਿਆ ਸਭ ਤੋਂ ਵੱਡਾ ਜਿਹੜਾ ਨਾ ਪੇਅਰ ਤੁਹਾਡਾ ਬਣ ਗਿਆ ਮਾਸ਼ਾਅੱਲਾ। ਲੈਂਥ ਹੀ ਪਰ ਔਰ ਨੋਕ ਦਾ ਰੂਪ ਰਹੋ। ਠੀਕ ਹੈ ਮਾਸ਼ਾਅੱਲਾ ਇਸ ਦੇ ਪੰਜਿਆਂ ਦਾ ਉਸਤਾਦ ਜੀ ਜਿਹੜਾ ਸ਼ੋਅ ਕਰਵਾ ਦੇ ਸਾਨੂੰ। ਮਾਸ਼ਾਅੱਲਾ ਵਾਈਬ੍ਰੇਟ ਕਰਦਾ ਪਿਆ ਮਾਦੀ ਹੈ ਨਾ ਜੀ ਵਾਈਬ੍ਰੇਟ ਕਰਦੀ ਹੈ ਪੀ ਮਾਸ਼ਾਅੱਲਾ ਬੁਰਾ ਬਣਾਉਂਦੀ ਹੈ ਪੀ ਇਹ ਵੀ ਹੱਥ ਦੇ ਅੰਦਰ ਆ ਕੇ ਇਹ ਦੋਸਤ ਇਸ ਦੇ ਪੰਜੇ ਨੇ ਜੀ। ਇਹ ਉਸਤਾਦ ਭੱਟੀ ਸਾਹਿਬ ਨੇ ਉਸਤਾਦ ਸ਼ਾਕਰ ਭੱਟੀ ਸਾਹਿਬ ਜਿਨ੍ਹਾਂ ਦੇ ਪਰਿੰਦਿਆਂ ਦਾ ਤੁਹਾਨੂੰ ਮੈਂ ਸ਼ੋਅ ਕਰਾਇਆ ਜੀ ਅਤੇ ਬਾਕੀ ਇਹਨਾਂ ਦੇ ਦੋਸਤੋ ਤੁਹਾਨੂੰ ਪੱਠੀਆਂ ਪੱਠੇ ਅੰਦਰੋਂ ਹੀ ਪੱਠੀਆਂ ਪੱਠਿਆਂ ਦਾ ਉਸਤਾਦ ਹਰੀ ਸ਼ੋਅ ਕਰਵਾਉਣ ਲੱਗੇ ਨੇ। ਇਹ ਦੇਖੋ ਦੋਸਤੋ ਇਹ ਇਹਨਾਂ ਦੇ ਪੱਠੀਆਂ ਪੱਠੇ ਨੇ ਜੀ। ਇਹ ਦੇਖੋ ਮਾਸ਼ਾਅੱਲਾ ਕਿਹੜਾ ਹਾਂ ਅੱਗੇ ਜਿਹੜਾ ਹਾਂ ਜੀ ਉਹ ਮੇਰਾ ਦੋਸਤ ਸੀ ਕੈਸਰ ਉਹਦੇ ਕੋਲ ਮੈਂ ਇੱਕ ਕਬੂਤਰ ਲਿਆਉਂਦਾ ਸੀ ਡਾਕੂ। ਅੱਛਾ ਅੱਛਾ ਇਹ ਉਹਦੀ ਪੱਠੀ ਮਾਸ਼ਾਅੱਲਾ। ਇਹ ਦੋਸਤੋ ਪਿੱਛੇ ਦੇਖਦੇ ਜਾਓ ਉਹ ਉਸਤਾਦ ਜੀ ਕਿਹੜਾ ਕਬੂਤਰ ਪਿੱਛੇ ਜਿਹੜਾ ਬੈਠਾ ਇਹ ਉੱਡਣ ਲੱਗਾ ਕਿਹੜਾ ਇਹਦੇ ਨਾਲ ਬੈਠਾ ਗੁਲਾਬੀ ਰੰਗ ਵਾਲੇ ਦੇ ਨਾਲ ਆ ਪਿੱਛੇ ਕਿਹੜਾ ਇਹ ਇਹਦੇ ਨਾਲ ਦੂਸਰੇ ਨੰਬਰ 'ਤੇ ਨਹੀਂ ਬੈਠਾ ਇਹ ਜਿਹਨੂੰ ਮਾਰਦੇ ਨੇ ਪੈ ਇਹ ਵਾਲਾ ਬੜੀ ਕੱਢ ਕੇ ਖੋਤਾ ਇਹਦੇ ਪਿੱਛੇ ਆ ਜਿਹੜਾ ਹੁਣ ਅੱਗੇ ਆਇਆ ਕੋਠੀ ਜੀ ਦੇ ਪਿੱਛੇ ਗੋਲਡਨ ਜਾਂ ਆਪਣੇ ਦੋਸਤ ਕੋਲ ਲਿਆਉਂਦਾ ਦੋਸਤ ਕੋਲ ਲਿਆਉਂਦਾ ਮਾਸ਼ਾਅੱਲਾ ਬੜਾ ਮਤਲਬ ਕੱਦ ਕੱਢ ਕੇ ਖਿਲਾਉਂਦਾ ਇੰਝ ਇੱਕ ਕੱਢ ਕੇ ਪਿਆ ਇਹ ਦੋਸਤੋ ਬਾਕੀ ਇਹਨਾਂ ਦੇ ਪੱਠੀਆਂ ਪੱਠੇ ਨੇ ਅੱਗੋਂ ਇਨਸ਼ਾਅੱਲਾ ਜਿਹੜਾ ਨਾ ਬਰੀਡ 'ਚ ਇਸਤੇਮਾਲ ਕਰਨਗੇ ਵਕਤ ਦੇ ਨਾਲ। ਇਹ ਦੇਖੋ ਮਾਸ਼ਾਅੱਲਾ ਬੜੇ ਪਿਆਰੇ ਪਰਿੰਦੇ ਨੇ ਜੀ ਉਸਤਾਦ ਸ਼ਾਕਰ ਭੱਟੀ ਸਾਹਿਬ ਹੋਰਾਂ ਦੇ ਕੋਲ। ਅਤੇ ਉਸਤਾਦ ਜੀ ਇਹ ਕਿੰਨੇ ਅਰਸੇ ਤੋਂ ਮਤਲਬ ਤੁਸੀਂ ਬਣਾ ਰਹੇ ਹੋ ਵੀ ਸਾਨੂੰ ਥੋੜ੍ਹਾ ਸ਼ੋਅ ਕਰ ਦੇਣਾ ਕੁਛ ਭਾਈ ਪੁੱਛਦੇ ਹੁੰਦੇ ਨੇ ਕਿਉਂਕਿ ਇਹਨਾਂ ਦੇ ਮਗਰ 'ਤੇ ਇੱਕ ਜ਼ਿੰਦਗੀ ਦਾ ਹਿੱਸਾ ਸਾਰੀ ਗੱਲ ਗੁਜ਼ਰ ਜਾਂਦਾ ਉਹ ਹੀ ਨਾ ਜ਼ਿੰਦਗੀ ਦਾ ਇੱਕ ਹਿੱਸਾ ਗੁਜ਼ਰ ਜਾਂਦਾ ਫਿਰ ਬਣਦੇ ਨੇ ਆ ਪਰਿੰਦੇ ਜਾ ਮਾਸ਼ਾਅੱਲਾ। ਇਹ ਵਾਲਾ ਜੀ ਜੀ ਇਹ ਕਿਹੜਾ ਜੀ ਖੁੱਲੀ 'ਚ ਜੜਾ ਹੋਣਾ ਇਹ ਉਹ ਮੇਰਾ ਦੋਸਤ ਕੈਸਰ ਚਾਂਗਾ ਨਹੀਂ ਤੋਂ ਜੀ ਜੀ ਇਹ ਕਾਲੀ ਉੱਡਦੀ ਹੁੰਦੀ ਸੀ ਹਨੇਰੇ 'ਚ ਬਹਿੰਦੀ ਸੀ। ਅੱਛਾ ਅੱਛਾ ਉਹ ਮਾਦੀ ਦਾ ਬੱਚਾ ਜੀ ਮਾਸ਼ਾਅੱਲਾ। ਅਤੇ ਇਹ ਉਸਤਾਦ ਜੀ ਇਸ ਦੀ ਅੱਖ ਨੂੰ ਕੋਈ ਮਸਲਾ ਬਣਿਆ ਇਸ ਦਾ ਜਿਹੜਾ ਡਰਾਵ ਬਾਜ਼ੀਆਂ ਦੀ ਵਜ੍ਹਾ ਤੋਂ ਹਾਂਜੀ ਬਿਲਕੁਲ। ਇਹ ਦੋਸਤੋ ਅਤੇ ਇੱਕ ਉਸਤਾਦ ਸ਼ਾਕਰ ਭੱਟੀ ਸਾਹਿਬ ਆਪਣੇ ਸ਼ਰਮੀਲੀ ਕਬੂਤਰੀ ਅਤੇ ਉਹਦੇ ਨਾਲ ਜੋੜਾ ਲਾਇਆ ਸ਼ਰਮੀਲਾ ਹੀ ਲਾਇਆ ਸ਼ਰਮੀਲਾ
ਸ਼ਰਮੀਲੇ ਹੀ ਮਾਦੀ ਸ਼ਰਮੀਲਾ ਨਾ ਰਹੇ ਚੌਧਰੀ ਸਾਹਿਬ ਕੋ ਮਾਦੀ ਲਿਆਂਦੀ ਸੀ ਮੈਂ ਬੱਚਾ ਅੱਛਾ ਅੱਛਾ ਬੱਚਾ ਲੈ ਕੇ ਆਇਆ ਸੋਦੇ ਹੁਣ ਮਾਸ਼ਾਅੱਲਾ ਪੱਠੀ ਬਣ ਗਈ ਮਾਦੀ ਬਣ ਗਈ ਹੈ ਇਹਦੇ ਇਸ ਦੀ ਅੱਖ ਦਾ ਜ਼ਰਾ ਉਸ ਤੋਂ ਅੱਜ ਸ਼ੋਅ ਕਰਵਾਇਆ ਜੀ ਜ਼ਰਾ ਇਹ ਦੋਸਤੋ ਇਸ ਦੀ ਅੱਖ ਹੈ ਜੀ ਦਰਅਸਲ ਅੰਦਰ ਥੋੜ੍ਹਾ ਜਿਹਾ ਅੰਧੇਰਾ ਥੋੜ੍ਹਾ ਜਿਹਾ ਇੱਧਰ ਹੋ ਜਾਓ ਜੀ ਇਹ ਦੇਖੋ ਦੋਸਤੋ ਇਸ ਦੀ ਅੱਖ ਹੈ ਜੀ ਮਾਸ਼ਾਅੱਲਾ ਚਮਕ ਅੱਖ ਦੇ ਅੰਦਰ ਨਵੀਂ ਬਹੁਤ ਜ਼ਿਆਦਾ ਠੀਕ ਹੈ ਦੋਸਤੋ ਇਹ ਇੱਕ ਹੋ ਗਈ ਜੀ ਮਾਦੀ ਇਸ ਦੇ ਨਾਲ ਨਰ ਜਿਹੜਾ ਉਸ ਦਾ ਤੁਹਾਨੂੰ ਜਿਹੜਾ ਨਾ ਉਸਤਾਦ ਸਾਹਿਬ ਸ਼ੇਅਰ ਕਰ ਦਿੰਦੇ ਨੇ ਕਿ ਨਰ ਕਿਹੜਾ ਇਸ ਦੇ ਨਾਲ ਲਗਾਇਆ ਨਸੀਬ ਟੁਰ ਗਿਆ ਇਹ ਡੁੱਡਾ ਕਬੂਤਰ ਹੈ ਡੁੱਡਾ ਉਹਨਾਂ ਦਾ ਕਬੂਤਰ ਹੈ ਮਾਸ਼ਾਅੱਲਾ ਅੱਛਾ ਬਹੁਤ ਪਿਆਰਾ ਮਾਸ਼ਾਅੱਲਾ ਮਾਸ਼ਾਅੱਲਾ ਪਿੱਛੋਂ ਦੇਖੋ ਦੋਸਤੋ ਇਸ ਦਾ ਪਰ ਉਸਤਾਦ ਜੀ ਤਰ੍ਹਾਂ ਇੰਝ ਕਰਿਆ ਜੇ ਦੁੰਮ ਜਿਹੜੀ ਇਹਦੀ ਦੇਖਣ ਵਾਲੀ ਹੈ ਇਹ ਕੈਂਚੀ ਨੁਮਾ ਹੋਈ ਹੈ ਪਿੱਛੋਂ ਠੀਕ ਹੈ ਮਾਸ਼ਾਅੱਲਾ ਇਹ ਦੋਸਤ ਇਹਦਾ ਪੱਲੇ ਜਿਹੜਾ ਨਾ ਇੰਝ ਕਰਿਆ ਉਸਤਾਦ ਜੀ ਜ਼ਰਾ ਥੋੜ੍ਹਾ ਜਿਹਾ ਨਾ ਇਹ ਚੀਜ਼ ਨੂੰ ਬੜਾ ਕੈਂਚੀ ਨੁਮਾ ਜਿਹੜਾ ਨਾ ਉਹਨੇ ਕੀਤੀ ਸੀ ਦੁੰਮ ਆਪਣੀ ਹਾਂ ਬਹੁਤ ਜਿਹੜਾ ਨਾ ਬੁਰਾ ਬਣਾ ਰਿਹਾ ਹੱਥ ਦੇ ਅੰਦਰ ਆ ਕੇ ਬਾਕੀ ਮਾਸ਼ਾਅੱਲਾ ਬਿਲਕੁਲ ਬੰਦ ਪਿੱਛੋਂ ਵੀ ਬਣਿਆ ਇਸ ਦੀ ਦੁੰਮ ਦਾ ਬਾਕੀ ਬੜੇ ਬੱਚੇ ਉਡਾਉਂਦਾ ਬਾਅਦ 'ਚ ਅੱਛਾ ਜੀ ਇਹ ਦੋਸਤ ਇਸਦੀ ਨਜ਼ਰ ਆ ਰਿਹਾ ਜੀ ਜੀ ਬਿਲਕੁਲ ਕਲੀਅਰ ਆ ਰਹੀ ਨਜ਼ਰ ਇੱਥੇ ਰੱਖੋ ਜ਼ਰਾ ਇੱਕ ਮਿੰਟ ਪਕੜ ਕੇ ਇਹ ਦੋਸਤੋ ਮਾਸ਼ਾਅੱਲਾ ਇਸ ਦੀ ਅੱਖ ਹੈ ਜੀ ਅੰਦਰ ਦਰਅਸਲ ਥੋੜ੍ਹਾ ਜਿਹਾ ਨਾ ਹਨੇਰਾ ਬਾਕੀ ਮਾਸ਼ਾਅੱਲਾ ਸਾਰਾ ਜਿਹੜਾ ਨਾ ਤੁਹਾਨੂੰ ਮੈਂ ਸ਼ੇਅਰ ਕਰਨਾ ਇੱਕ ਇੱਕ ਚੀਜ਼ ਪਿਆ ਇਹਨਾਂ ਦੇ ਪੱਲੇ ਦਾ ਜ਼ਰਾ ਸ਼ੁਕਰ ਆਇਆ ਜੀ ਪੰਜੇ ਜਿਹੜੇ ਨੇ ਇਹ ਪੰਜਾ ਜਿਹੜਾ ਇੱਕ ਡੁੱਡਾ ਇਹਦਾ ਮਤਲਬ ਮਜ਼ੂਰ ਹੈ ਇਹ ਦੋਸਤੋ ਇਸਦੇ ਪੰਜੇ ਦੇਖੋ ਨਾਲੇ ਕਿੰਨੇ ਮਤਲਬ ਖੁਸ਼ਕ ਗਹਿਰੇ ਪੰਜੇ ਠੀਕ ਹੈ ਅਤੇ ਇਸਦਾ ਲੰਗੋਟ ਦੇਖੋ ਜੀ ਇਸਦੀ ਪਾਨ ਜਿਹੜਾ ਮਾਸ਼ਾਅੱਲਾ ਕਿੱਥੋਂ ਤੱਕ ਗਿਆ ਤਕਰੀਬਨ ਇੱਕ ਇੰਚ ਦਾ ਫਾਸਲਾ ਅਤੇ ਪੱਲੇ ਦਾ ਫਾਸ ਜਿਸਦਾ ਸ਼ੌਕ ਹੀ ਨਹੀਂ ਕਰਾਇਆ ਹੋਇਆ ਬਹਰਹਾਲ ਜੀ ਇਹ ਦੋਸਤੋ ਇਸਦੀ ਸਟੈਂਡਿੰਗ ਇਸ ਤਾਂ ਜੀ ਜੋੜਾ ਵਿੱਚ ਆਂਡੇ ਦਿੱਤੇ ਨੇ ਨਾ ਬੱਚੇ ਕੱਢੇ ਨੇ ਮਾਸ਼ਾਅੱਲਾ ਇਹ ਹੀ ਖੜੀ ਹੈ ਨਾ ਮਾਦੀ ਅੱਗੇ ਹੀ ਅੱਗੇ ਕੁਦਰਤੀ ਜੋੜਾ ਅੱਗੇ ਖਲੋਤਾ ਹੋਇਆ ਇਹ ਦੋਸਤੋ ਜੋੜਾ ਹੈ ਜੀ ਤਾਜ ਸ਼ਾਕਰ ਭੱਟੀ ਸਾਹਿਬ ਦਾ ਸ਼ਰਮੀਲਾ ਮਾਸ਼ਾਅੱਲਾ ਅਤੇ ਪੈਰ ਇੱਕ ਤੋਂ ਮਜ਼ਦੂਰ ਹੈ ਕਬੂਤਰ ਬਾਕੀ ਮਾਸ਼ਾਅੱਲਾ ਬੜੀ ਅੱਛੀ ਪਰਫਾਰਮੈਂਸ ਹੈ ਇਸ ਕਬੂਤਰ ਦੀ ਠੀਕ ਹੈ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈਆਂ ਹੋਣਗੀਆਂ ਤਾਜ ਸ਼ਾਕਰ ਭੱਟੀ ਸਾਹਿਬ ਦੀਆਂ ਮੈਂ ਤੁਹਾਨੂੰ ਸੋਚਿਆ ਚਲੋ ਯਾਰ ਕਿਉਂ ਨਾ ਅੱਜ ਭੱਟੀ ਸਾਹਿਬ ਹਰਾਂ ਦੇ ਤੁਹਾਨੂੰ ਸਾਰੇ ਪਰਿੰਦਿਆਂ ਦਾ ਸ਼ੌਕ ਡਿਟੇਲ ਦੇ ਨਾਲ ਸ਼ੇਅਰ ਕੀਤਾ ਜਾਏ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈਆਂ ਹੋਣਗੀਆਂ ਮਿਲਦੇ ਹਾਂ ਫਿਰ ਅਗਲੇ ਨੈਕਸਟ ਵੀਡੀਓ ਨਾਲ ਜੀ ਆਪਣੇ ਭਾਈ ਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼ ਇੱਥੇ ਉੱਥੋਂ ਲਈ ਸੀ ਹਜ਼ਾਰ ਦਿਰਮ ਦੀ ਸਾਵੇਂ ਵੇਖੋ ਜ਼ਰਾ ਮਾਸ਼ਾਅੱਲਾ ਬੜਾ ਪਿਆਰਾ ਮੂੰਹ ਮੋਰਾ ਹੈ ਇਸਦਾ ਵੀ ਹਜ਼ਾਰ ਦਿਰਮ ਦੀ ਉਹਨੇ ਲਈ ਸਾਡੇ ਬਾਦਸ਼ਾਹ ਇਹ ਦੋਸਤੋ ਇਸਦੀ ਕਲੋਜ਼ ਆ ਭਾਈ ਜੀ ਅਤੇ ਇਸ ਦਾ ਜੀ ਪਰ ਪੱਲਾ ਮਾਸ਼ਾਅੱਲਾ ਬੜੀ ਗੱਲ ਉਸਤਾਦ ਜੀ ਬੜੀਆਂ ਬੜੀਆਂ ਚੀਜ਼ਾਂ ਤੁਸੀਂ ਜਿਹੜੀਆਂ ਨੇ ਨਾ ਉਹ ਸਾਂਭੀਆਂ ਨੇ ਇਹ ਦੇਖੋ ਜੀ ਇਸ ਦੇ ਪੰਜੇ 'ਚ ਜੀ ਮਾਸ਼ਾਅੱਲਾ ਛੱਡਣਾ ਜ਼ਰਾ ਇਹਦੀ ਸਟੈਂਡਿੰਗ ਜੇ ਰੁਕ ਗਈ ਤਾਂ ਮਾਸ਼ਾਅੱਲਾ ਇੱਕ ਹਜ਼ਾਰ ਦੀ ਰਮਦੀ ਹੈ ਪੱਠੀ ਲਈ ਸੀ ਅੱਜ ਤੋਂ ਕੋਈ 8-10 ਸਾਲ ਪਹਿਲਾਂ ਦੀ ਗੱਲ ਸੀ ਅੱਛਾ 8-10 ਸਾਲ ਪਹਿਲਾਂ ਦੀ ਅਤੇ 8-10 ਸਾਲ ਹੋ ਗਏ ਨੇ ਇਸ ਪੱਠੀ ਨੂੰ ਤੁਹਾਡੇ ਕੋਲ ਹੁਣ ਤਾਂ ਮਾਦੀ ਹੈ ਪੂਰੀ ਬਣ ਗਈ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਦੇਖੋ ਦੋਸਤੋ ਪਰਿੰਦਿਆਂ ਦੇ ਸਾਰੀ ਗੱਲ ਹੈ ਇੱਕ ਉਮਰ ਦਾ ਹਿੱਸਾ ਵੀ ਗੁਜ਼ਰਦਾ ਫਿਰ ਜਾ ਕੇ ਇਹ ਕਬੂਤਰ ਬਣਦੇ ਨੇ ਜੀ ਬਾਕੀ ਉਸਦੇ ਨਾਲ ਨਾਲ ਰਕਮ ਵੀ ਲੱਗਦੀ ਹੈ ਠੀਕ ਹੈ ਜਿਹੜੀ ਕਿ ਜਿਹੜਾ ਬੰਦਾ ਜਾਣਦਾ ਥੋੜ੍ਹਾ ਜਿਹਾ ਚੀਜ਼ ਨੂੰ ਸਮਝਦਾ ਪਰਖਦਾ ਉਹ ਫਿਰ ਇੱਥੋਂ ਤੱਕ ਜਿਹੜਾ ਨਾ ਪਹੁੰਚਦਾ ਬਾਕੀ ਜੀ ਉਸਤਾਦ ਸਾਹਿਬ ਹਰਾਂ ਦੀ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜਿਹੜਾ ਉਹਨਾਂ ਨੇ ਅੱਜ ਟਾਈਮ ਨਿਕਾਲਿਆ ਸਾਨੂੰ ਆਪਣੇ ਸਾਰੇ ਪਰਿੰਦਿਆਂ ਦਾ ਜਿਹੜਾ ਨਾ ਉਹ ਡਿਟੇਲ ਦੇ ਨਾਲ ਸ਼ੋਅ ਕਰਵਾਇਆ ਮਾਸ਼ਾਅੱਲਾ ਹਾਂਜੀ ਠੀਕ ਹੈ ਦੋਸਤੋ ਬਾਕੀ ਉਮੀਦ ਕਰਦੇ ਹਾਂ ਸਭ ਭਾਈਆਂ ਨੂੰ ਵੀਡੀਓ ਪਸੰਦ ਆਈ ਹੋਏਗੀ ਲਾਈਕ ਅਤੇ ਸ਼ੇਅਰ ਜ਼ਰੂਰ ਡਨ ਕਰ ਦਿਆ ਕਰੋ ਠੀਕ ਹੈ ਆਪਣੀ ਰਾਏ ਵੀ ਕਮੈਂਟ ਸੈਕਸ਼ਨ 'ਚ ਸ਼ੇਅਰ ਕਰ ਦਿਆ ਕਰੋ ਕਿ ਤੁਹਾਨੂੰ ਵੀਡੀਓ ਕੈਸੀ ਲੱਗੀ ਹੈ ਇਹਨਾਂ ਦੇ ਬਾਹਰ ਵਾਲੇ ਪੱਠੀਆਂ ਪੱਠੇ ਸਨ ਅਤੇ ਅੰਦਰ ਵਾਲੇ ਵੱਡੇ ਕਬੂਤਰ ਨੇ ਇਹ ਦੇਖੋ ਦੋਸਤੋ ਇਹ ਮਾਸ਼ਾਅੱਲਾ ਇਹਨਾਂ ਦੇ ਵੱਡੇ ਬਰੀਡਰ ਕਬੂਤਰ ਜਿਵੇਂ ਕਿ ਤੁਹਾਨੂੰ ਪਹਿਲਾਂ ਮੈਂ ਸ਼ੇਅਰ ਕੀਤੇ ਨੇ ਇਹ ਦੇਖੋ ਮਾਸ਼ਾਅੱਲਾ
इन्हें मिट्टी की लपाई की है। तो मिट्टी का एक होर बड़ा दोस्तों फायदा होंगे जो तुम्हें मैं दसना पाया कि मिट्टी जदों लपाई करने फिर सारी गल मिट्टी परिंदे खाते हैं, ठीक है। वह कैल्शियम की कमी प्रोटीन की कमी सारी पूरी होती है, जिमें क्या देख रहे हो मैं पिछे खाधी है मिट्टी। यह बड़ा फायदेमंद है, बड़ी मुफीद चीज़ है। तो मिट्टी की लपाई जोड़ा ना वो होनी चाहिए है, खास तौर पर ब्रीडर कबूतर वास्ते। पिछले देखो जरा मिट्टी खा खा के इन्होंने मतलब देखते हो सारा सारिया दीवारा नंगिया कीतिया ने। यह बड़ी अच्छी चीज़ है, ठीक है। जेडे असं कैल्शियम पाउडर पाने ना वो ए बस लपाई हो जाए ना इस तरीके की, तो वह कैल्शियम पाउडर पाने की भी जरूरत नहीं रहेगी। दोस्तों यह परिंदे की स्टैंडिंग देखो माशाल्लाह बहुत हसीन पट्ठा बनया जी वाला माशाल्लाह। बड़े प्यारे परिंदे ने यह जुड़े लाने उस्ताद शाकिर भट्टी साहब होरां ने यह छोटे जे केजिज इधर रखे ने, दूसरे नंबर पर यह केजिज रखे ने जी ए जोड़े छोड़े लाने वास्ते अगों, ठीक है। तो बच्चों की पलवाई है देख लो तो सामने में जी देखो माशाल्लाह बच्चे पाल रहे हैं जी। ठीक है दोस्तों, अपनी राय कमेंट सैक्शन में जरूर शेयर कराया करो। तो मिलने फिर अगले नेक्स्ट वीडियो नाल जी। अपने भाई ने दो इजाजत, अल्लाह हाफिज़।